ਤੇ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਵੱਲੋਂ ਐਲਾਨੇ ਗਏ ਉਮੀਦਵਾਰ ਮਨੀਸ਼ ਤਿਵਾੜੀ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਸੋਮਵਾਰ ਨੂੰ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ। ਇਸ ਮੌਕੇ ਮਨੀਸ਼ ਤਿਵਾੜੀ ਨੇ ਆਖਿਆ ਕਿ ਕਾਂਗਰਸ ਪੰਜਾਬ ਵਿੱਚ 13 ਦੀਆਂ 13 ਸੀਟਾਂ ਤੇ ਜਿੱਤ ਹਾਸਲ ਕਰੇਗੀ। ਇਸ ਦੌਰਾਨ ਪ੍ਰਚਾਰ ਦੇ ਪਹਿਲੇ ਦਿਨ ਹੀ ਉਮੀਦਵਾਰ ਨੂੰ ਹਲਕੇ ਵਿੱਚ ਕਾਂਗਰਸੀਆਂ ਦੀ ਫੁੱਟ ਦਾ ਸਾਹਮਣਾ ਕਰਨਾ ਪਿਆ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਮਨੀਸ਼ ਤਿਵਾੜੀ ਨੇ ਮੌਜੂਦਾ ਸਾਂਸਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਤੇ ਨਿਸ਼ਾਨੇ ਸਾਧੇ। ਕਾਂਗਰਸ ਦੀ ਲੀਡਰਸ਼ਿਪ ਇਕੱਠੀ ਹੈ ਔਰ ਜੇ ਕਿਸੇ ਦੇ ਮਨ ਦੇ ਵਿੱਚ ਕਿਤੇ ਥੋੜ੍ਹਾ ਬਹੁਤ ਰੋਸ਼ ਹੈ ਅਸੀਂ ਜ਼ਰੂਰ ਉਹਨਾਂ ਕੋਲ ਜਾਵਾਂਗੇ, ਉਹਨਾਂ ਨਾਲ ਗੱਲਬਾਤ ਕਰਾਂਗੇ, ਕਿਉਂਕਿ ਇਹ ਇੱਕ ਪਰਿਵਾਰ ਹੈ ਔਰ ਇੱਕ ਪਰਿਵਾਰ ਦੇ ਵਿੱਚ ਜੇ ਕੋਈ ਰੁੱਠਦਾ ਹੈਗਾ ਜਾਂ ਜਿਹਦੇ ਮਨ 'ਚ ਕੋਈ ਥੋੜ੍ਹਾ ਬਹੁਤ ਰੋਸ਼ ਹੈ ਉਸ ਰੋਸ਼ ਨੂੰ ਅਸੀਂ ਐਡਰੈਸ ਕਰਾਂਗੇ ਔਰ ਇਹੋ ਜਿਹੀ ਕੋਈ ਗੱਲ ਨਹੀਂ ਹੈ। ਤੁਸੀਂ ਦੇਖ ਰਹੇ ਹੋ ਸਾਰੀ ਲੀਡਰਸ਼ਿਪ ਇਕੱਠੀ ਹੈ ਔਰ ਸਾਰੀ ਕਾਂਗਰਸ ਪਾਰਟੀ ਇੱਕ ਮੁੱਠ ਹੈ ਔਰ ਅਸੀਂ ਇੱਕ ਮੁੱਠ ਹੋ ਕੇ ਲੜਾਈ ਲੜਾਂਗੇ। ਇਹ ਲੋਕ ਸਭਾ ਦੀ ਜਿਹੜੀ ਚੋਣ ਹੈ ਇਹ ਹਿੰਦੁਸਤਾਨ ਦੀ ਅਗਲੀ ਸਰਕਾਰ ਕਿਹਦੀ ਬਣੂਗੀ ਉਹਨੂੰ ਚੁਣਨ ਵਾਸਤੇ ਚੋਣ ਹੈਗੀ ਜੀ। ਇਹ ਚੋਣ ਰੈਫਰੈਂਡਮ ਹੈ NDA ਭਾਜਪਾ ਦੇ ਪਿਛਲੇ 5 ਵਰ੍ਹਿਆਂ ਦੀ ਕਾਰਗੁਜ਼ਾਰੀ ਦੇ, ਜਿਹੜੇ ਉਹਨਾਂ ਨੇ ਲੋਕਾਂ ਨਾਲ ਗਲਤ ਵਾਅਦੇ ਕੀਤੇ ਸੀਗੇ, ਜਿਹੜਾ ਉਹਨਾਂ ਨੇ ਝੂਠ ਬੋਲਿਆ ਹੈਗਾ, ਜਿਹੜਾ ਉਹਨਾਂ ਨੇ ਸੰਸਥਾਵਾਂ ਨੂੰ ਕੁਚਲਿਆ ਹੈਗਾ। ਇਸ ਮੁਲਕ 'ਚ ਪੰਜ ਵਰ੍ਹਿਆਂ ਤੋਂ ਅਨਡਿਕਲੇਅਰਡ ਐਮਰਜੈਂਸੀ ਲੱਗੀ ਰਹੀ ਹੈ, ਫਿਰਕਾ ਪ੍ਰਸਤੀ ਦੇ ਨਾਂ 'ਤੇ ਭਾਈ ਨੂੰ ਭਾਈ ਤੋਂ ਵੰਡਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਹ ਜਿਹੜੇ ਵੱਡੇ ਮਸਲੇ ਨੇ ਇਸ ਮੁਲਕ ਦੇ ਉਸ ਦੇ ਉੱਪਰ ਇਹ ਚੋਣ ਹੈਗੀ ਹੈ। ਉਹਦੇ ਨਾਲ ਨਾਲ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀ ਜਿਹੜਾ ਵਿਕਾਸ ਹੈ ਉਹ ਸਾਡੀ ਸਭ ਤੋਂ ਵੱਡੀ ਪ੍ਰਾਥਮਿਕਤਾ ਰਹੇਗੀ। ਉਹਦੇ ਵਾਸਤੇ ਆਉਣ ਵਾਲੇ ਦਿਨਾਂ 'ਚ ਅਸੀਂ ਇੱਕ ਮੈਨੀਫੈਸਟੋ ਦਾ ਕਹੋ ਇੱਕ ਵਿਜ਼ਨ ਡਾਕੂਮੈਂਟ ਜ਼ਰੂਰ ਜਾਰੀ ਕਰਾਂਗੇ ਔਰ ਜਦ ਤੱਕ ਜਿੱਥੇ ਤੱਕ ਸੜਕ ਦਾ ਸਵਾਲ ਹੈ ਮੈਂ ਰਾਣਾ KP ਜੀ ਨੂੰ ਦਰਖਾਸਤ ਕਰਦਾ ਇਹ ਉਸ ਚੀਜ਼ ਦਾ ਜਵਾਬ ਦੇ। ਇਹ ਅਨੰਦਪੁਰ ਸਾਹਿਬ ਦੇ ਲੋਕਾਂ ਨਾਲ ਬਹੁਤ ਬੜਾ ਧੋਖਾ ਹੈ ਜੀ ਕਿ ਇਹ ਬੜੀ ਦੇਰ ਦਾ ਇਸ ਗੱਲ ਦਾ ਰੌਲਾ ਪਾਉਂਦੇ ਰਹੇ ਜੋ ਕਿ ਸਰਾਸਰ ਝੂਠ ਤਾ ਕਿ ਬੰਗਾ ਤੋਂ ਨੈਣਾ ਦੇਵੀ ਨੂੰ ਨੈਸ਼ਨਲ ਹਾਈਵੇ ਇਹਨਾਂ ਨੇ ਮਨਜ਼ੂਰ ਕਰਾ ਦਿੱਤਾ ਜੀ। ਹੁਣ ਜਦੋਂ ਚੋਣਾਂ ਆ ਗਈਆਂ ਕੋਡ ਆਫ ਕੰਡਕਟ ਲੱਗਣ ਵਾਲਾ ਸੀ ਉਹ ਤੋਂ ਕੋਈ 10-20 ਦਿਨ ਪਹਿਲਾਂ ਇਹ ਜਿਹੜਾ ਨੇ ਪੱਥਰ ਰੱਖਿਆ ਮੈਂ ਜ਼ਿੰਮੇਵਾਰੀ ਨਾਲ ਕਹਿ ਸਕਦਾ ਕਿ ਇਹ ਸੜਕ ਅਜੇ ਵੀ ਮਨਜ਼ੂਰ ਨਹੀਂ ਹੋਈ। ਇਸ ਸੜਕ ਨੂੰ ਅਸੀਂ ਬਣਾਵਾਂਗੇ, 28 ਕਰੋੜ ਰੁਪਈਆ ਇਹਦਾ ਖਰਚਾ ਹੈ, ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਮਨਜ਼ੂਰ ਕਰ ਦਿੱਤਾ ਔਰ ਉਹਦੀ ਜਿਹੜੀ ਚਿੱਠੀ ਹੈ ਪੰਜਾਬ ਸਰਕਾਰ ਨੇ ਇਲੈਕਸ਼ਨ ਕਮਿਸ਼ਨ ਨੂੰ ਲਿਖੀ ਹੈ ਕਿ ਇਲੈਕਸ਼ਨ ਕਮਿਸ਼ਨ ਸਾਨੂੰ ਇਜਾਜ਼ਤ ਦੇਵੇ ਅਸੀਂ ਇਹਦਾ ਟੈਂਡਰ ਲਾ ਕੇ ਅਸੀਂ ਸੜਕ ਨੂੰ ਬਣਾ ਸਕੀਏ। ਜੀ ਆਪਕੇ ਆਨੇ ਸੇ